पंजाब दे साबका पुलिस मुखी केपीएस गिल नूं विधानसभा विच श्रद्धांजलि देने करके कांग्रेस सरकार नूं श्रोमणी अकाली दल ते आम आदमी पार्टी दे विरोध दा सामना करना पिया है। अज बजट सैशन दे पहले दिन ही कांग्रेस सरकार ने ज्यों ही होर हस्तियां समेत केपीएस गिल नूं विधानसभा विच श्रद्धांजलि दित्ती तां अकाली दल ने वाकआउट कर दिता। अकाली विधायकां ने कांग्रेस सरकार खिलाफ नारेबाजी भी की। आम आदमी पार्टी के विधायक सुखपाल सिंह खहरा ने भी केपीएस गिल नूं श्रद्धांजलि देने का विरोध किया। आम आदमी पार्टी के भाईवाल बैंस भरावां ने इस मामले में लैके वाकआउट भी किया और स्पीकर वालों दी गई चिट्ठी सदन में ही पाड़ दी। ਜਿਹਨੇ ਹਜ਼ਾਰਾਂ ਮੁੰਡੇ ਮਾਰੇ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਕਿਹਾ ਕਿ ਮੈਂ 21 ਮੁੰਡਿਆਂ ਨੂੰ ਸਰੈਂਡਰ ਕਰਾਇਆ ਸੀ ਉਹ ਸਾਰੇ ਮਾਰ ਦਿੱਤੇ ਗਏ। ਉਹ ਇਨਸਾਨ ਜਿਹਨੇ ਸਾਰੇ ਨੌਜਵਾਨ ਮੁੰਡੇ ਮਾਰੇ ਤੇ ਉਹਦੇ ਬਾਅਦ ਸੈਕਸ਼ੂਅਲ ਐਕਸਪਲੋਇਟੇਸ਼ਨ ਕੇਸ ਦੇ ਵਿੱਚ ਗਿਲਟੀ ਡਾਇਰੈਕਟਰ ਜਿਹੜਾ ਗਿਲਟੀ ਹੋਏ ਉਹਨੂੰ ਪੰਜਾਬ ਦਾ ਕਾਂਗਰਸ ਸਰਕਾਰ ਸ਼ਰਧਾਂਜਲੀ ਪੇਂਟ ਕਰੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ। ਜਦ ਤੱਕ ਐਲਾਨ ਹੁੰਦਾ ਸੀਗਾ ਕਿ ਸਿਰ ਦੇ ਬਦਲੇ ਸਿਰ ਅੱਖ ਦੇ ਬਦਲੇ ਅੱਖ ਔਰ ਜੋ ਪੰਜਾਬ ਦੇ ਵਿੱਚ ਹੋਇਆ ਬਾਕੀ ਸਾਰਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਇਸ ਲਈ ਅਸੀਂ ਸਮਝਦੇ ਹਾਂ ਕਿ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਇੱਕ ਐਪੀਟੋਮ ਸੀਗੇ, ਮੁਜੱਸਮਾ ਸੀਗੇ। ਇਸ ਲਈ ਅੱਜ ਸਦਨ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਇਸ ਆਧਾਰ ਦੇ ਉੱਤੇ ਦੈਟ ਹੀ ਵਾਜ਼ ਰਿਸਪੋਂਸੀਬਲ ਫੋਰ ਵਾਇਲੇਟਿੰਗ ਦੀ ਹਿਊਮਨ ਰਾਈਟਸ ਆਫ ਹੰਡਰਡਸ ਐਂਡ ਥਾਊਜ਼ੰਡਸ ਆਫ ਪੀਪਲ। ਉਹੀ ਕੇ ਪੀ ਐਸ ਗਿੱਲ ਜਿਹੜਾ ਬੀਬੀ ਰੂਪਨ ਦਿਓਲ ਬਜਾਜ ਗੁਰੂ ਨਾਨਕ ਸਾਹਿਬ ਫਰਮਾ ਕੇ ਗਏ ਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਉਹੀ ਕੇ ਪੀ ਐਸ ਗਿੱਲ ਜਿਹੜਾ ਬੀਬੀ ਰੂਪਨ ਦਿਓਲ ਬਜਾਜ ਨੂੰ ਛੇੜਖਾਨੀ ਦੇ ਦੋਸ਼ਾਂ ਦਾ ਅਤੇ ਅੱਜ ਇਹ ਪਵਿੱਤਰ ਸਦਨ ਉਹਨੂੰ ਸ਼ਰਧਾਂਜਲੀ ਦੇਵੇ। ਇਸ ਕਰਕੇ ਬ੍ਰਦਰ ਅਸੀਂ ਅਕਾਲੀ ਦਲ ਦੇ ਨਾਲ ਤਾਂ ਨਹੀਂ ਵਾਕਆਊਟ ਕੀਤਾ, ਆਪਣਾ ਅਲੱਗ ਤੋਂ ਵਾਕਆਊਟ ਕਰਕੇ ਆਇਆ। ਅੰਦਰ ਜਿਹੜਾ ਸ਼ਰਧਾਂਜਲੀ ਕੇ ਪੀ ਐਸ ਗਿੱਲ ਵਾਲਾ ਕਾਗਜ਼ ਸੀ ਉਹ ਪਾੜ ਕੇ ਸਪੀਕਰ ਵੱਲ ਸੁੱਟ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਇਸ ਵਾਕਆਊਟ ਨੂੰ ਇੱਕ ਡਰਾਮਾ ਕਰਾਰ ਦਿੱਤਾ ਹੈ। ਉਹਨਾਂ ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਨਿਸ਼ਾਨਾ ਕੱਸਿਆ ਹੈ। ये अकाली दल ड्रामे करती है हर टाइम। के पी एस गिल अगर ना होते, अगर शांति ना होती, डेमोक्रेसी बहाल नहीं होती, 15 साल चीफ मिनिस्टर ना रहता प्रकाश सिंह बादल। ये तो करते कुछ ड्रामा है, करते कुछ और है। उनके सारे आदमियों को इन्होंने जस्ट किया है। दिस इज जस्ट टोटल ड्रामा पॉलिटिकल माइलेज उठाने के लिए, अपने लोगों को जो इनके गाँव में बैठे हैं उनको बताने के लिए। दिल में नहीं है इनकी बात ऐसी। ब्यूरो रिपोर्ट, पंजाब टुडे।